ਹਾਂਜੀ ਬਾਈ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਮਾਲਕੋ? ਮਾਲਕੋ ਵੀਰਾਂ ਨੂੰ ਕਹਿੰਦੇ ਜਿਹੜੇ ਸਾਨੂੰ ਪਿਆਰ ਕਰਦੇ ਆ ਅਤੇ ਨਫ਼ਰਤ ਕਰਨ ਵਾਲਿਆਂ ਦੇ ਆਪਣੀ ਜੁੱਤੀ ਦੇ ਯਾਦ ਵੀ ਨਹੀਂ ਹੈਗੇ। ਅੱਜ ਤੁਹਾਨੂੰ ਦਿਖਾਉਂਦੇ ਹਾਂ ਐਕਸ਼ਰ ਟਰੈਕਟਰ, ਐਕਸ਼ਰ 650 ਇਹ ਟਰੈਕਟਰ ਨਵਾਂ ਮਾਰਕੀਟ ਦੇ ਵਿੱਚ ਆਇਆ ਅਤੇ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ, ਸੁਣਦੇ ਹਾਂ ਵੀ ਕੀ ਖੂਬੀਆਂ। ਐਕਸ਼ਰ 244 ਦਾ ਪੂਰਾ ਕਾਮਯਾਬ ਹੋਇਆ ਸੀ, ਅੱਜ ਤੱਕ ਕਾਮਯਾਬ ਆ, ਪਰ ਇਹ ਟਰੈਕਟਰ ਜ਼ਿਆਦਾ ਕਾਮਯਾਬ ਨਹੀਂ ਹੋਏ। ਤਾਂ ਅੱਜ ਬਾਈ ਨੂੰ ਪੁੱਛਦੇ ਹਾਂ ਵੀ ਬਾਈ ਕੀ ਨਵੀਆਂ ਖੂਬੀਆਂ ਲੈ ਕੇ ਆਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੇ ਸਟਾਲ ਤੇ ਆਏ ਐਕਸ਼ਰ ਪ੍ਰਾਈਮਾ G3 ਆਪਣਾ ਨਵਾਂ ਮਾਡਲ ਲਾਂਚ ਕੀਤਾ ਜੀ, 650 CRT ਮਾਡਲ ਦੇ ਵਿੱਚ। ਜਿਹਦੀ ਆਪਾਂ ਖੂਬੀਆਂ ਦੀ ਗੱਲ ਕਰ ਰਹੇ ਹਾਂ, ਆਪਾਂ ਹਾਈ ਪ੍ਰੈਸ਼ਰ ਪੰਪ ਲਾਇਆ, 60 HP ਆਪਣਾ ਇੰਜਨ ਹੈ ਜੀ, 3 ਸਿਲੰਡਰ ਇੰਜਨ ਹੈ ਜੀ। ਅੱਛਾ ਜੀ। ਹਾਂਜੀ, CRT ਮਾਡਲ ਹੈ ਜੀ, ਬਿਲਕੁਲ ਸਾਇਲੈਂਟ ਰਾਈਡਰ ਹੈ ਇੰਜਨ ਹੈ ਜੀ। ਆਪਣੀ ਜੇ ਇਹਦੇ PTO ਪਾਵਰ ਦੀ ਗੱਲ ਕਰੀਏ, ਹਾਂਜੀ 56 HP ਦੀ ਇਹਦੀ PTO ਪਾਵਰ ਹੈ ਜੀ। 56 HP ਦੀ PTO ਪਾਵਰ ਹੈ ਵੀ 4-50 ਪਾਵਰ ਦੀ PTO ਪਾਵਰ ਘਟਦੀ ਹੈ। ਹਾਂਜੀ। ਤੇ ਇਹਦੇ ਵਿੱਚ ਕੀ ਜ਼ਿਆਦਾ ਖੂਬੀਆਂ ਦਿੱਤੀਆਂ CRD? ਤੁਸੀਂ ਕਹਿੰਦਾ ਵੀ ਕਰਤਾ CRD ਮਾਡਲ ਹੈ ਜੀ, ਸੈਂਸਰ ਲੱਗੇ ਹੋਏ ਨੇ। ਅੱਛਾ ਜੀ। ਠੀਕ ਹੈ ਜੀ, ਬਿਲਕੁਲ ਸਾਇਲੈਂਟ ਇੰਜਨ ਹੈ ਜੀ ਆਪਣਾ। ਅੱਛਾ ਜੀ। ਹਾਂਜੀ, ਮੰਨ ਲਓ ਇਹਦਾ ਆਪਣਾ ਜਿਹੜੀ ਲਿਫਟ ਕਪੈਸਿਟੀ ਦੀ ਗੱਲ ਕਰਦੇ ਆ, 2200 kg ਦੀ ਲਿਫਟ ਕਪੈਸਿਟੀ ਹੈ ਜੀ। ਨਹੀਂ ਨਹੀਂ, ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਭਰਾ, ਮੇਰੇ ਵੀ ਐਕਸ਼ਰ ਵਾਲੇ ਨੇ ਜਿਹੜਾ 241 ਟਰੈਕਟਰ ਬਹੁਤ ਮਸ਼ਹੂਰ ਰਿਹਾ, ਅੱਜ ਤੱਕ ਟੌਪ ਤੇ ਰਿਹਾ ਹੈਗਾ, ਪਰ ਦੂਜੇ ਟਰੈਕਟਰ ਚੜਾਈ ਨਹੀਂ ਕਰ ਸਕੇ। ਤੁਹਾਨੂੰ ਵੀ ਪਤਾ ਵੀ ਭਾਵੇਂ 556 ਆ ਗਿਆ, 60 ਆ ਗਿਆ, ਜੋ ਵੀ ਆ ਗਿਆ, ਵੀ ਟਰੈਕਟਰ ਨੇ ਉਹਦੀ ਤਰੱਕੀ ਨਹੀਂ ਕੀਤੀ, ਤੇ ਇਹ ਜਿਹੜਾ ਨਵਾਂ ਮਾਡਲ ਬਣਾਇਆ ਇਹਦੇ ਵਿੱਚ ਵੀ ਤੁਹਾਨੂੰ ਯਕੀਨ ਹੈ ਵੀ ਇਹ ਅੱਗੇ ਜਾਊਗਾ। ਹਾਂਜੀ ਸਰ। ਇਹਦੇ ਗੇਅਰਾਂ ਦਾ ਵੀ ਕੀ ਹਿਸਾਬ ਕਿਤਾਬ ਕਰਿਆ? ਕੋਈ ਇੰਜਨ ਦੀ ਪਾਵਰ ਤੁਸੀਂ ਦੱਸ ਦਿਓ, 60 HP 3 ਸਿਲੰਡਰ ਕੱਢਿਆ ਗਾ ਜੀ ਜੀ, ਵੀ 3 ਸਿਲੰਡਰ 2 ਸਿਲੰਡਰ ਇਹਦੇ ਆ ਗਏ, ਇਹਦੇ ਤੀਜਾ ਸਿਲੰਡਰ ਆ ਗਿਆ, ਦੇਖੋ ਇੱਥੇ ਜਗਾੜ ਆ ਸਾਰਾ ਇਹਦਾ, ਇਹ ਕੋਮਨ ਰੇਲ ਦਿੱਤੀ ਹੈ ਜੀ, ਇਹਦੇ 'ਚ ਬਰਾਬਰ ਦਾ ਤੇਲ ਜਾਂਦਾ ਜੀ ਪਿਸਟਨਾਂ ਨੂੰ। ਅੱਛਾ ਜੀ। 2 ਸਿਲੰਡਰ ਆ ਜੀ, 1 ਸਿਲੰਡਰ ਆ ਜੀ। ਤੇ ਕੱਲ ਨੂੰ ਕੋਈ ਰਿਪੇਅਰ ਰਿਪੂਰ ਕਰਨ ਦੇ ਵਿੱਚ ਜੇ ਕਦੇ ਕਰਾਉਣੀ ਪਏ? ਹਾਂਜੀ, ਆਪਣੇ ਸਾਰੇ ਸਰਵਿਸ ਸੈਂਟਰ ਦਿੱਤੇ, ਡੀਲਰਸ਼ਿਪ ਹੈਗੀ ਹੈ ਜੀ ਆਪਣੀ। ਮੰਨ ਕੇ ਗੇਅਰ ਕਿਹੜੀ ਕੰਪਨੀ ਦੇ ਦਾ ਲਾਇਆ? ਜਿਵੇਂ ਆਪਣਾ ਸੈਂਕਰੋ ਦਾ ਜੀ। ਸੈਂਕਰੋ ਦਾ, ਜਿਵੇਂ ਕਰਾਰੋ ਦਾ ਹੁੰਦਾ ਜੀ, ਇਹ ਆਪਣਾ ਸੈਂਕਰੋਮੈਕਸ ਗੇਅਰ ਹੈ ਜੀ। ਅੱਛਾ ਜੀ। ਹਾਂਜੀ। ਇਹਦੀ ਕਿੰਨੀ ਚਿਰ ਦੀ ਗਾਰੰਟੀ ਹੈ, ਕਿੰਨੇ ਇਹਦੇ ਲੋ ਸਪੀਡ ਆ, ਕਿੰਨੇ ਵੀ ਕੁਛ ਹੈ, ਉਹ ਵੀ ਦੱਸੋ ਸਮਝਾਓ। ਆਪਣੇ 3 ਸਪੀਡ ਹੈ ਜੀ। ਅੱਛਾ ਜੀ। ਹਾਂਜੀ। ਆਪਣੀ ਵਾਰੰਟੀ ਦੀ ਗੱਲ ਕਰੀਏ, 2 ਸਾਲ ਦੇ ਜਾਂ 2500 ਘੰਟੇ ਦੀ ਵਾਰੰਟੀ ਹੈ ਜੀ। 2500 ਘੰਟੇ ਦੀ? ਹਾਂਜੀ, 2500 ਘੰਟੇ ਦੀ ਗਾਰੰਟੀ ਦਿੰਦੇ ਹੋ, ਕਿੰਨੇ ਮਰਜ਼ੀ ਚਿਰ ਚ ਸਲਾ ਲੈ ਕੇ ਸਾਲਾਂ ਦੇ ਹਿਸਾਬ ਨਾਲ ਵੀ? 2 ਸਾਲ। 2 ਸਾਲ ਦੇ ਜਾਂ 2 ਸਾਲ ਜਾਂ 2500 ਘੰਟਾ ਜੀ। ਅੱਛਾ ਜੀ, ਕੀਮਤ ਕੀ ਰੱਖੀ ਹੋਈ ਹੈ? ਇਹਦੀ 1080 ਕੀਮਤ ਆਈ ਹੈ ਬਾਈ ਜੀ। 1080 ਕੀਮਤ 4x4 ਦੀ? ਹਾਂਜੀ, 4x4 ਦੀ। ਆ ਮਾਰਕ ਦੇ ਪਾਸ ਵੀ ਟਰੈਕਟਰ ਦਿਖਾਉਂਦੇ ਆ ਮਾੜਾ ਜਿਹਾ, ਪੱਖਾ ਬਹੁਤ ਥੋੜਾ, 16 ਦੇ ਟਾਇਰ ਆ ਜੀ। ਹਾਂਜੀ, ਕੰਪਨੀ ਫਿਟਵਟ ਵੇਟ ਲੱਗੇ ਹੋਏ ਜੀ ਨਾਲ। ਅੱਛਾ ਜੀ। ਹਾਂਜੀ, ਇੱਧਰ ਦੇ ਜਾ ਆਪਣੇ ਵੀ ਇਦਾਂ ਬਣਾਇਆ ਹੋਇਆ। ਜਿਹੜੀ ਲਿਫਟ ਹੈ ਜੀ, ਲਿਫਟ ਦਾ ਵੀ ਕੋਈ ਜ਼ਿਆਦਾ? ਲਿਫਟ ਦੀ ਕਪੈਸਿਟੀ 2200 kg ਦੀ ਹੈ। 2200 kg ਦੀ ਹੋਊਗੀ? ਹਾਂਜੀ, 2200 kg, 2200 ਕਿਲੋ ਦੀ, 22 ਕੁਇੰਟਲ ਦੀ ਹੋਊਗੀ। ਹਾਂਜੀ ਹਾਂਜੀ, ਠੀਕ ਹੈ ਬਾਈ ਜੀ। ਤੇ ਡਬਲ ਡਿਸਟ੍ਰੀਬਿਊਟਰ ਲੱਗਾ? ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ। ਤੇ ਟਰੈਕਟਰ ਕੰਪਨੀ ਫਿਟਮੈਂਟ ਹੋਟ ਮਿਲੇਗਾ ਜੀ ਆਪਾਂ ਨੂੰ? ਕੰਪਨੀ ਫਿਟਮੈਂਟ ਤੇ ਵਿਕ ਵੀ ਰਹੇ ਨੇ? ਹਾਂਜੀ ਸਰ, ਸਿੱਧਾ ਰੱਖ ਫੋਨ ਜਾਣ ਜਮਾ। ਹਾਂਜੀ, ਵਿਕ ਰਹੇ ਨੇ, ਵਿਕ ਰਹੇ ਨੇ। ਹਾਂਜੀ, ਬਹੁਤ ਵਧੀਆ ਰਿਸਪੌਂਸ ਆ ਰਿਹਾ ਆਪਾਂ ਨੂੰ ਪੰਜਾਬ ਦੇ ਵਿੱਚ। ਅੱਛਾ, ਕਹਿੰਦਾ ਭਾਵ ਵੀ 6 ਮਹੀਨੇ ਹੋਏ ਇਹਨੂੰ ਲਾਂਚ ਹੋਏ ਨੂੰ। ਅੱਛਾ, ਘੱਟੋ ਘੱਟ 70-80 ਟਰੈਕਟਰ ਆਪਣੇ ਵਿਕ ਚੁੱਕੇ ਆ। 70-80 ਟਰੈਕਟਰ ਵਿਕ ਚੁੱਕੇ? ਹਾਂਜੀ ਸਰ, ਪੰਜਾਬ। ਬਾਕੀ ਇੱਧਰ ਦੀ ਵੀ ਘੁੰਮ ਕੇ ਦਿਖਾ ਦਈਏ ਤੁਹਾਨੂੰ, ਆ ਜਾਓ ਅਰਪਣ ਮੜਾ ਜਾ, ਵੀ ਘੁੰਮ ਕੇ ਦਿਖਾ ਦਈਏ ਵੀ ਟਰੈਕਟਰ ਦੇ ਵਿੱਚ ਕੀ ਕੁਆਲਿਟੀਆਂ ਤੇ ਆ ਕੀ ਚੀਜ਼ ਦਿੱਤੀ ਹੋਈ ਬਾਈ ਜੀ। ਇਹ ਆਪਣਾ ਫਿਲਟਰ ਲੱਗਾ ਜੀ, ਜਿਹੜਾ ਆਪਣਾ ਪੰਪ ਦਾ ਫਿਲਟਰ, ਜਿਹੜਾ ਕਚਰਾ ਕੁਚਰੇ ਨੂੰ ਸਾਫ਼ ਕਰਦਾ। ਉਹ ਇੱਥੇ ਲਾਤਾ ਇਹਦੇ? ਇਹਦੇ ਵਿੱਚ ਮੈਗਨੇਟ ਆ ਜੀ, ਜੋ ਵੀ ਕਚਰਾ ਹੋਏਗਾ ਮੈਗਨੇਟ ਫੜ ਲੇਗਾ ਜੀ। ਤੇ ਟਰਬੋ ਲੱਗੀ ਹੋਈ ਹੈ ਜੀ? ਟਰਬੋ ਕਿੰਨੇ HP ਦੀ ਲੱਗੀ ਹੈ? ਦੇਖੋ ਜੀ, 15 ਦੀ ਟਰਬੋ ਲੱਗੀ ਹੋਈ ਹੈ। 15 ਦੀ ਟਰਬੋ ਲੱਗੀ ਹੋਈ ਹੈ? ਹਾਂਜੀ, ਆ ਦਿਖਾ ਦੇ ਮੜਾ, 15 ਦੀ ਟਰਬੋ ਲੱਗੀ ਹੋਈ ਹੈ। ਏਅਰ ਕੂਲਰ ਲੱਗਾ ਹੋਇਆ ਜੀ, ਡੀਜ਼ਲ ਕੂਲਰ ਲੱਗਾ ਹੋਇਆ ਜੀ। ਅੱਛਾ ਜੀ। ਹਾਂਜੀ, ਤੇ ਮੰਨ ਕੇ ਚਲੋ ਕੱਲ ਨੂੰ ਕੰਪੈਨ ਤੇ ਤੂੜੀਆਂ ਤੇ ਚਲਾਉਣਾ ਜਾਂ ਕਿਸੇ ਨੇ ਉੱਪਰ ਚੜਾਉਣਾ? ਕੋਈ ਚੱਕਰ ਨਹੀਂ, ਬਿਨਾ ਸ਼ੋ ਲਾਈ ਤੋਂ ਚੱਲੇ ਰਹੀ ਆਪਣੇ, ਬਿਨਾ ਸ਼ੋ ਲਾਈ ਤੋਂ ਚੱਲੂਗਾ। ਤੇ ਦੇਖੋ ਬਾਈ ਜੀ, ਆ ਟਰੈਕਟਰ ਤੁਹਾਡੇ ਸਾਹਮਣੇ ਜੀ, ਐਕਸ਼ਰ ਦਿਖਾ ਸਕਦੇ ਆ ਬਾਈਆਂ ਨੇ ਨਵਾਂ ਕੱਢਿਆ। ਕਿੰਨਾ ਚਿਰ ਹੋ ਗਿਆ ਲਾਂਚ ਹੋਏ ਨੂੰ? ਸਰ 6 ਮਹੀਨੇ ਹੋਏ ਜੀ। 6 ਮਹੀਨੇ ਹੋਏ ਲਾਂਚ ਹੋਏ ਨੂੰ। 650 ਟਰੈਕਟਰ ਦਾ ਨੰਬਰ ਆ, 16 ਦੇ ਟਾਇਰ ਆ, 4x4 ਆ, ਤੇ ਬਾਈ ਕਹਿੰਦਾ 10 ਲੱਖ ਕੀਮਤ ਆ। ਹੁਣ ਦੇਖੋ ਵੀ ਐਕਸ਼ਰ ਵਾਲਾ, ਐਕਸ਼ਰ 241 ਦਾ ਅੱਜ ਤੱਕ ਟੌਪ ਚੱਲਦਾ ਗਾ, ਤੇ ਦੇਖੋ ਬਾਈ ਕਿੰਨਾ ਕੁ ਪਾਸ ਹੁੰਦਾ। ਚੰਗਾ ਲੱਗਿਆ ਵੀਡੀਓ, ਜ਼ਰੂਰ ਸ਼ੇਅਰ ਕਰੋ ਜੀ। ਧੰਨਵਾਦ। ਥੈਂਕ ਯੂ।